ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ ਭਾਵ ਕਿ ਇਸ ਹਫਤੇ ਦੇ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਅਤੇ ਹੋਰ ਕਈ ਸਿੱਖ ਸਿੰਘ ਸ਼ਹੀਦ ਹੋਏ ਸਨ ਤਾਂ ਇਸ ਹਫਤੇ ਦੀਆਂ ਜੋ ਵੀ ਕਟਨਾਵਾਂ ਨੇ ਉਹ ਆਪਾਂ ਲੜੀਵਾਰ ਸਾਖੀਆਂ ਲੈ ਕੇ ਆ ਰਹੇ ਆ ਇਸ ਤੋਂ ਪਹਿਲਾਂ ਆਪਾਂ ਸਰਸਾ ਨਦੀ ਦੇ ਇਸ ਤਰ੍ਹਾਂ ਪਰਿਵਾਰ ਦਾ ਵਿਛੋੜਾ ਪਿਆ ਉਸ ਤੋਂ ਬਾਅਦ ਚਮਕੌਰ ਦੀ ਜੰਗ ਦੇ ਵਿੱਚ ਪਾਸ਼ਾ ਦੇ ਦੋ ਵੱਡੇ ਸਹਿਬਜ਼ਾਦੇ ਸ਼ਹੀਦ ਹੋਏ ਫਿਰ ਨੌਪੋ ਨੂੰ ਜੋ ਬਾਕੀ ਸਿੰਘ ਬਚੇ ਸਨ ਉਹਨਾਂ ਦੀ ਸ਼ਹੀਦੀ ਬਾਰੇ ਗੱਲ ਕੀਤੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਜੋ ਕਿ ਗੰਗੂ ਬ੍ਰਾਹਮਣ ਨੇ ਆਪਣੇ ਲਾਲਚ ਦੀ ਭੇਟ ਚੜਾ ਦਿੱਤੇ ਭਾਵ ਕਿਸੂਬੇ ਦੇ ਹਵਾਲੇ ਕਰ ਦਿੱਤੇ ਇਸ ਤੋਂ ਪਹਿਲਾਂ ਆਪਾਂ ਇਨ੍ਹਾਂ ਘਟਨਾਵਾਂ ਤੇ ਗੱਲ ਕਰ ਚੁੱਕੇ ਹਾਂ ਤੇ ਅੱਜ 10 ਪੋ 对了，对<打>了。 ਅੱਜ ਦੀ ਸਾਖੀ ਦੇ ਵਿੱਚ ਆਪਾਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿੱਚ ਲੈ ਕੇ ਆਉਣਾ ਇਸ ਸਾਖੀ ਤੇ ਗੱਲ ਕਰਾਂਗੇ ਅਤੇ ਦੂਸਰਾ ਚਮਕੌਰ ਦੀ ਜੰਗ ਦਾ ਆਖਰੀ ਦਿਨ ਦੇਖੋ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ 8 ਪੋਨ ਨੂੰ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਹੋਈ 9 ਪੋਨ ਨੂੰ ਜੋ ਬਾਕੀ ਸਿੱਖ ਅਸੇ ਉਹ ਸ਼ਹੀਦ ਹੋ ਗਏ ਅਤੇ ਮੇਰੇ 10ਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਪਿਆਰਿਆਂ ਦੇ ਬੇਨਤੀ ਕਰਨ ਤੇ ਚਮਕੌਰ ਦਾ ਕਿਲਾ ਛੱਡ ਕੇ 마ਸ਼ੀਵਾੜੇ ਨੂੰ ਜਾਣਾ ਪਿਆ ਤਾਂ ਅੱਜ 10 ਪਾਉਣ ਨੂੰ ਇੱਕ ਹੋਰ ਜੰਗ ਹੋਈ ਇਸ ਵਿੱਚ ਇੱਕ ਹੋਰ ਸ਼ਹੀਦੀ ਹੋਈ ਜਿਸ ਨੂੰ ਖਾਲਸਾ ਕਦੇ ਨਹੀਂ ਭੁੱਲ ਸਕਦਾ ਇਹ ਸ਼ਹੀਦੀ ਆ ਸ਼ਰਨਕੌਰ ਦੀ ਕਈ ਬੀਬੀ ਦਾ ਨਾਮ ਸ਼ਰਨਕੌਰ ਲਿਖਦੇ ਨੇ ਕਈ ਹਰ ਸ਼ਰਨਕੌਰ ਕਹਿੰਦੇ ਨੇ ਤਾਂ ਕਹਿੰਦੇ ਦੋ ਦਿਨਾਂ ਤੱਕ ਚਮਕੌਰ ਦੇ ਵਿੱਚ ਜੋ ਜੁੱਧ ਹੋਇਆ ਇਸ ਦਾ ਡਰ ਲੋਕਾਂ ਦੇ ਵਿੱਚ ਪਾਉਣ ਦੇ ਲਈ ਮੁਗਲਾਂ ਨੇ ਇੱਕ ਮਨ ਘੜਤ ਅਫਵਾਹ ਫਲਾ ਦਿੱਤੀ ਉਹਨਾਂ ਨੇ ਇਹ ਕਹੇ ਸ਼ੁਰੂ ਕਰ ਦਿੱਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੁੱਧ ਦੇ ਵਿੱਚ ਮਾਰ ਦਿੱਤਾ ਹੈ ਸ਼ਹੀਦ ਕਰ ਦਿੱਤਾ ਹੈ ਅਤੇ ਉਹਨਾਂ ਨੇ ਭਾਈ ਸੰਗਤ ਸਿੰਘ ਜੀ ਦਾ ਕੱਟਿਆ ਹੋਇਆ ਸੀਸ ਲੋਕਾਂ ਵਿੱਚ ਵਿਖਾਉਣਾ ਸ਼ੁਰੂ ਕੀਤਾ ਇਹ ਪਿੰਡ ਪਿੰਡ ਦੇ ਵਿੱਚ ਟੰਡੋਰਾ ਫੇਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੈ ਅਤੇ ਨਾਲ ਹੀ ਨਾਲ ਇਹ ਵੀ ਕਹਿ ਦਿੱਤਾ ਕਿ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਿੱਖ ਉਨ੍ਹਾਂ ਦਾ ਅੰਤਮ ਸੰਸਕਾਰ ਕੋਈ ਨਾ ਕਰੇ ਨਹੀਂ ਤਾਂ ਸਜ਼ਾ ਮਿਲੇਗੀ ਤਾਂ ਕਹਿੰਦੇ ਇਹ ਗੱਲ ਰਾਏਪੁਰ ਪਿੰਡ ਤੱਕ ਪਹੁੰਚੀ ਜਿੱਥੇ ਬੀਬੀ ਸ਼ਰਨਕੌਰ ਰਹਿੰਦੇ ਸਨ ਬੀਬੀ ਸ਼ਰਨਕੌਰ ਜੀ ਉਹ ਸਨ ਜਿਨ੍ਹਾਂ ਦਾ ਪਤੀ ਪ੍ਰੀਤਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਚਮਕੌਰ ਦੀ ਜੰਗ ਵਿੱਚ ਲੜਿਆ ਸੀ ਜਦ ਸ਼ਰਨਕੌਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਰੇ ਸਿੰਘ ਸ਼ਹੀਦ ਹੋ ਗਏ ਨੇ ਤਾਂ ਉਹ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਆਪਣੇ ਹੱਥ ਵਿੱਚ ਸ਼ਾਲ ਫੜ ਕੇ ਆਪਣੇ ਪਤੀ ਨੂੰ ਲੱਭਣ ਦੇ ਲਈ ਤੁਰ ਪਈ ਕਹਿੰਦੇ ਬੱਚ ਦੀ ਬਚਾਉਂਦੀ ਚਮਕੌਰ ਦੇ ਕਿਲੇ ਵਿੱਚ ਪਹੁੰਚ ਗਈ ਜਿੱਥੇ ਜੰਗ ਹੋਈ ਸੀ ਜਦ ਜਾ ਕੇ ਦੇਖਿਆ ਸਿੱਖਾਂ ਦੀਆਂ ਅਤੇ ਮੁਗਲਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਸਨ ਤਾਂ ਕਹਿੰਦੇ ਬੀਬੀ ਜੀ ਨੇ ਆਪਣੇ ਪਤੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਕਹਿੰਦੇ ਉਸ ਨੇ ਕਰ ਕਰਾ ਕੇ ਆਪਣੇ ਪਤੀ ਨੂੰ ਲੱਭ ਲਿਆ ਅਤੇ ਕਹਿੰਦੇ ਜਦੋਂ ਪਤੀ ਨੂੰ ਲੱਭ ਰਹੀ ਸੀ ਤਾਂ ਜਦੋਂ ਹੋਰ ਕੋਈ ਵੀ ਸਿੱਖ ਮਿਲਦਾ ਤਾਂ ਉਹਨਾਂ ਨੂੰ ਵੀ ਇੱਕ ਜਗ੍ਹਾ ਤੇ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਉਸ ਨੂੰ ਆਪਣੇ ਪਤੀ ਦਾ ਸ਼ਰੀਰ ਵੀ ਲੱਭ ਗਿਆ ਨਾਲ ਹੀ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੋਰਾਵਾਰ ਸਿੰਘ ਜੀ ਦਾ ਵੀ ਸ਼ਰੀਰ ਉਸ ਨੂੰ ਮਿਲ ਗਿਆ ਕਹਿੰਦੇ ਬੀਬੀ ਨੇ ਬੜੀ ਹੀ ਦਲੇਰੀ ਦੇ ਨਾਲ ਫਰਤੀ ਦੇ ਨਾਲ ਤੇਜ਼ੀ ਦੇ ਨਾਲ ਲੱਕੜਾਈ ਇਕੱਠੀਆਂ ਕੀਤੀਆਂ ਅਤੇ ਇੱਕ ਇਕੱਠੀ ਜਿਤਾ ਤਿਆਰ ਕੀਤੀ ਅਤੇ ਜੋ ਵੀ ਸਿੱਖ ਸਨ ਸੈਭ ਜਾਦੇ ਸਨ ਉਹਨਾਂ ਦਾ ਪਤੀ ਸੀ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਕਹਿੰਦੇ ਅਤੇ ਆਪ ਕੋਲ ਬੈਠ ਕੇ ਬਾਣੀ ਪੜਨ ਲੱਗੀ ਉਧਰ ਜਦੋਂ ਮੁਗਲਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਹ ਜਲਦੀ ਨਾਲ ਜੰਗ ਦੇ ਮੈਦਾਨ ਵਿੱਚ ਪੁੱਜੇ ਜਦ ਆਗੇ ਦੇਖਿਆ ਤਾਂ ਬੀਬੀ ਸ਼ਰਨਕੌਰ ਨੂੰ ਦੇਖਿਆ ਕਿ ਉਹ ਚਿਤਾ ਦੇ ਕੋਲ ਬੈਠੀ ਬਾਣੀ ਪੜ ਰਹੀ ਸੀ ਤਾਂ ਕਹਿੰਦੇ ਮੁਗਲ ਸਿਪਾਹੀ ਨੇ ਗੁੱਸੇ ਦੇ ਨਾਲ ਕਿਹਾ ਕਿ ਤੂੰ ਕੌਣ ਹੈ ਤੇ ਕਹਿੰਦੇ ਅਗੋ ਬੀਬੀ ਸ਼ਰਨ ਕੌਰ ਨੇ ਜਵਾਬ ਦਿੱਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਹਾਂ ਫਿਰ ਸੈਨਕਾ ਨੇ ਉਸ ਨੂੰ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਆ ਤਾਂ ਕਹਿੰਦੇ ਬੀਬੀ ਸ਼ਰਨ ਕੌਰ ਨੇ ਕਿਹਾ ਮੈਂ ਆਪਣੇ ਪਤੀ ਅਤੇ ਆਪਣੇ ਭਰਾਵਾਂ ਦਾ ਅੰਤਮ ਸੰਸਕਾਰ ਕਰ ਰਹੀ ਆ ਤਾਂ ਕਹਿੰਦੇ ਉਹਨਾਂ ਮੁਗਲਾਂ ਨੇ ਕਿਹਾ ਕਿ ਤੈਨੂੰ ਸਰਕਾਰੀ ਹੁਕਮ ਦਾ ਡਰ ਨਹੀਂ ਤੈਨੂੰ ਪਰਵਾਹ ਨਹੀਂ ਇਹ ਹੁਕਮ ਹੋਇਆ ਹੈ ਕਿ ਕਿਸੇ ਨੇ ਵੀ ਇਹਨਾਂ ਸਿੱਖਾਂ ਦਾ ਸੰਸਕਾਰ ਨਹੀਂ ਕਰਨਾ ਤਾਂ ਬੀਬੀ ਨੇ ਬੜੀ ਦਲੇਰੀ ਨਾਲ ਕਿਹਾ ਕਿ ਮੈਂ ਉਸ ਜਾਲਮ ਮਕਾਰ ਜ਼ੁਲਮੀ ਰਾਜੇ ਦਾ ਹੁਕਮ ਨਹੀਂ ਮੰਨਦੀ ਕਹਿੰਦੇ ਜਦੋਂ ਬੀਬੀ ਦੇ ਮੂੰਹੋਂ ਇੰਨੇ ਤਿੱਖੇ ਬੋਲ ਸੁਨੇ ਤਾਂ ਸੈਨਿਕਾਂ ਨੇ ਬੀਬੀ ਨੂੰ ਫੜਨ ਦਾ ਯਤਨ ਕੀਤਾ ਬੀਬੀ ਦੇ ਉੱਤੇ ਹਮਲਾ ਕਰ ਦਿੱਤਾ ਪਰ ਬੀਬੀ ਸ਼ਰਨਕੌਰ ਨੇ ਬੜੀ ਹੀ ਦਲੇਰੀ ਦੇ ਨਾਲ ਦੁਸ਼ਮਣ ਦੇ ਕਈ ਸੈਨਿਕਾਂ ਨੂੰ ਮਾਰ ਮੁਕਾਇਆ ਪਰ ਆਖਿਰ ਵਿੱਚ ਆਪ ਵੀ ਜ਼ਖਮੀ ਹੋ ਗਈ ਤਾਂ ਜ਼ਾਲਮ ਮੁਗਲਾਂ ਨੇ ਬੀਬੀ ਸ਼ਰਨਕੌਰ ਨੂੰ ਜਿੰਦੇ ਜੀ ਬਲਦੀ ਚਿਖਾ ਦੇ ਵਿੱਚ ਛੁੱਟ ਦਿੱਤਾ ਇਹ ਸੀ ਮੇ ਅੱਜ ਦੇ ਦਿਨ ਹੋਈ ਉਸ ਮਹਾਨ ਬੀਬੀ ਸਰਨਕੌਰ ਜੀ ਦੀ ਸ਼ਹੀਦੀ ਤਾਂ ਆਓ ਸਾਰੇ ਰਲ ਕੇ ਉਸ ਦਲੇਰ ਮਹਾਨ ਬੀਬੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੀਏ ਇਸ ਤਰ੍ਹਾਂ ਚਮਕੌਰ ਦੇ ਜੰਗ ਜੁੱਦ ਦੀ ਆਖਰੀ ਸ਼ਹੀਦੀ ਹੋਈ ਤੇ ਇਧਰ ਮਾਤਾ ਜੀ ਅਤੇ ਛੋਟੇ ਬੱਚਿਆਂ ਨੂੰ ਸਰਹੰਦ ਵਿੱਚ ਲਿਆਂਦਾ ਗਿਆ ਇਧਰ ਵਜ਼ੀਰ ਖਾਨ ਵੀ ਚਮਕੌਰ ਤੋਂ ਸਰਹੰਦ ਤੱਕ ਪਹੁੰਚ ਚੁੱਕਿਆ ਸੀ ਜਦੋਂ ਉਸ ਨੂੰ ਮਾਤਾ ਜੀ ਅਤੇ ਸੈਭ ਜਾਦਿਆਂ ਦੇ ਬਾਰੇ ਪਤਾ ਲੱਗਾ ਤਾਂ ਬੜਾ ਖੁਸ਼ ਹੋਇਆ ਅਤੇ ਉਸ ਪਾਪੀ ਨੇ ਇਹ ਹੁਕਮ ਕੀਤਾ ਕਿ ਨਾ ਬੱਚਿਆਂ ਨੂੰ ਅਤੇ ਮਾਤਾ ਨੂੰ ਜੇਲ੍ਹ ਵਿੱਚ ਨਹੀਂ ਰੱਖਣਾ ਇਹਨਾਂ ਨੂੰ ਠੰਡੇ ਬੁਰਜ ਉੱਤੇ ਰੱਖੋ ਠੰਡਾ ਬੁਰਜ ਉਹ ਸੀ ਜੋ 140 ਫੁੱਟ ਦੀ ਉਚਾਈ ਤੇ ਬਣਿਆ ਹੋਇਆ ਸੀ ਨਾਲ ਨਦੀ ਵਗ ਰਹੀ ਸੀ ਇਹ ਗਰਮੀ ਤੋਂ ਬਚਨ ਦੇ ਲਈ ਬਣਾਇਆ ਗਿਆ ਸੀ ਤਾਂ ਆਪ ਸੋਚੋ ਕਿ ਸਰਦੀ ਦੇ ਵਿੱਚ ਕੋਲ ਪਾਣੀ ਦਾ ਵਹਾਅ ਹੋਵੇ ਤਾਂ ਕਿੰਨੀ ਠੰਡ ਹੋਵੇਗੀ ਕਹਿੰਦੇ ਉਸ ਪਾਪੀ ਨੇ ਮਾਤਾ ਜੀ ਨੂੰ ਅਤੇ ਛੋਟੇ ਸਾਹਿਬ ਜੀ ਜਨ ਨੂੰ ਉੱਥੇ ਇਸ ਕਰਕੇ ਰੱਖਿਆ ਕਿਉਂਕਿ ਉਹ ਸੋਚਦਾ ਸੀ ਕਿ ਜਦੋਂ ਇਸ ਤਰ੍ਹਾਂ ਤਸੀਹੇ ਦਵਾਂਗੇ ਤੇ ਇਹਨਾਂ ਦੀ ਸਿੱਖੀ ਆਪਣੇ ਆਪ ਖਤਮ ਹੋ ਜਾਵੇਗੀ ਉਸ ਨੂੰ ਇਹ ਭਰਮ ਸੀ ਕਿ ਸ਼ਾਇਦ ਤਸੀਹੇ ਇਹਨਾਂ ਤੋਂ ਝੱਲੇ ਨਹੀਂ ਜਾਣੇ ਇਹਨਾਂ ਤਸੀਹਿਆਂ ਨੂੰ ਦੇਖ ਕੇ ਉਹ ਡੋਲ ਜਾਣਗੇ ਅਤੇ ਮੈਂ ਕੱਲ ਨੂੰ ਕਚਹਿਰੀ ਦੇ ਵਿੱਚ ਆਪਣਾ ਧਰਮ ਕਬੂਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣਾ ਬਦਲਾ ਲੈ ਲਵਾਂਗਾ ਪਰ ਉਹ ਨਹੀਂ ਸੀ ਜਾਣਦਾ ਕਿ ਇਹ ਕਿਸ ਦਾਦੇ ਦੇ ਪੋਤੇ ਨੇ ਕਿਸ ਦੇ ਪੁੱਤਰ ਨੇ ਇਹ ਤਾਂ ਉਸ ਨੂੰ ਕੱਲ ਦੇ ਦਿਨ ਪਤਾ ਚੱਲੇਗਾ ਜਦੋਂ 11 ਕੋ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਸੂਬੇ ਦੇ ਸਾਹਮਣੇ ਮੇਰੇ ਪਾਸ਼ਾ ਦੇ ਛੋਟੇ ਲਾਲ ਹਾਜ਼ਰ ਹੋਣਗੇ ਤਾਂ ਅੱਜ ਦੀ ਸਾਖੀ ਇਥੋਂ ਤਿੱਕਰ ਕਿ ਕਿਸ ਤਰ੍ਹਾਂ ਸ਼ਰਨਕੌਰ ਜੀ ਦੀ ਸ਼ਹੀਦੀ ਹੋਈ ਛੋਟੇ ਲਾਲਾ ਨੂੰ ਅੱਜ ਸਰਹੰਦ ਵਿੱਚ ਲਿਆ ਕੇ ਰਾਤ ਠੰਡੇ ਬੁਰਜ ਦੇ ਉੱਤੇ ਕੈਦ ਕਰ ਦਿੱਤਾ ਗਿਆ ਤਾਂ ਇਸ ਕਰਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਆਪਾਂ ਇਹ ਠੰਡ ਮਹਿਸੂਸ ਕਰ ਸਕਦੇ ਹਾਂ ਕਿ ਸਾਨੂੰ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਆਪਾਂ ਕਿੰਨੀ ਠੰਡ ਕਿੰਨੀ ਸਰਦੀ ਮਹਿਸੂਸ ਕਰਦੇ ਆ ਤਾਂ ਉਸ ਵੇਲੇ ਜਦੋਂ ਉਸ ਪਾਪੀ ਜ਼ਾਲਮ ਨੇ ਬੱਚਿਆਂ ਨੂੰ ਮਾਤਾ ਜੀ ਨੂੰ ਨਾ ਕੁਝ ਖਾਣ ਨੂੰ ਦਿੱਤਾ ਨਾ ਉੱਪਰ ਕੁਝ ਕੱਪੜਾ ਲੈਣ ਨੂੰ ਦਿੱਤਾ ਤਾਂ ਕਿਸ ਤਰ੍ਹਾਂ ਰਾਤ ਬੀਤੀ ਹੋਵੇਗੀ ਇਸ ਕਰਕੇ ਸਾਰਿਆਂ ਨੇਗੇ ਹੱਥ ਜੋੜ ਕੇ ਬੇਨਤੀ ਆ ਕਿ ਅੱਜ ਵੱਧ ਤੋਂ ਵੱਧ ਬਾਣੀ ਪੜੀ ਜਾਵੇ ਜਦੋਂ ਰਾਤ ਦਾ ਸਮਾਂ ਹੋਣਾ ਹੈ ਤਾਂ ਕੋਸ਼ਿਸ਼ ਕਰਨਾ ਕਿ ਜਿੰਨਾ ਵੀ ਸਮਾਂ ਬੈਠ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਹੋ ਸਕੇ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ